ਤੇ ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਸੀਸ ਲਵਾ ਕੇ ਸ਼ੁਕਰਾਨਾ ਕਰਦੀ ਆ ਤੇ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਆ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਰੋਕਣ ਦਾ ਐਲਾਨ ਇਹ ਜ਼ੋਰ ਤੇ ਜ਼ਬਰ ਦੀ ਸਰਕਾਰ ਦਾ ਟਾਕਰਾ ਕਰਦੇ ਹੋਏ ਅੱਜ ਹੱਕ ਤੇ ਸੱਚ ਦੀ ਲੜਾਈ ਵਾਸਤੇ ਤੁਸੀਂ ਵੱਡੀ ਗਿਣਤੀ ਨਾਲ ਇੱਥੇ ਪਹੁੰਚਿਓ ਜਿੰਨੇ ਇੱਥੇ ਆਏ ਨੇ ਰੁਕਣਾ ਸ਼ਾਇਦ ਬਾਰਡਰਾਂ ਤੇ ਰੋਕੇ ਗਏ ਨੇ ਤੇ ਦਿੱਲੀ ਦੇ ਵੱਖ ਵੱਖ ਸੜਕਾਂ ਤੇ ਰੋਕੇ ਗਏ ਨੇ ਅੱਜ ਦੁੱਖੇ ਦੀ ਇੱਕ ਸਾਲ ਹੋ ਗਿਆ ਜਿੱਥੇ ਆ ਸਰਕਾਰ ਅੱਜ ਹੱਕ ਤੇ ਸੱਚ ਦੀ ਲੜਾਈ ਵਾਸਤੇ ਤੁਸੀਂ ਇੰਨੀ ਵੱਡੀ ਗਿਣਤੀ ਨਾਲ ਇੱਥੇ ਪਹੁੰਚਿਓ ਜਿੰਨੇ ਇੱਥੇ ਆਏ ਨੇ ਰੁਕਣਾ ਸ਼ਾਇਦ ਬਾਰਡਰਾਂ ਤੇ ਰੋਕੇ ਗਏ ਨੇ ਤੇ ਦਿੱਲੀ ਦੇ ਵੱਖ ਵੱਖ ਸੜਕਾਂ ਤੇ ਰੋਕੇ ਗਏ ਨੇ ਅੱਜ ਦੁੱਖੇ ਦੀ ਇੱਕ ਸਾਲ ਹੋ ਗਿਆ ਜਿੱਥੇ ਆ ਸਰਕਾਰ ਜਿਹੜੀ ਕਹਿੰਦੀ ਸੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ 12 ਸਤੰਬਰ 2020 ਇਹਨਾਂ ਤਿੰਨਾਂ ਚੀਜ਼ਾਂ ਦੀ ਧੱਲੀਆਂ ਲਾਉਂਦੇ ਹੋਏ ਨਾ ਕਿਸਾਨਾਂ ਦਾ ਸਾਥ ਦਿੱਤਾ ਨਾ ਉਹਨਾਂ ਦੇ ਵਿਕਾਸ ਬਾਰੇ ਸੋਚਿਆ ਤੇ ਸਾਲ ਭਰ ਦੇ ਕਿਸਾਨ ਦੇ ਨਾਲ ਆਪਣੇ ਸਹਿਯੋਗੀ ਪਾਰਟੀਆਂ ਦੇ ਨਾਲ ਦਾ ਵਿਸ਼ਵਾਸਘਾਤ ਕੀਤਾ ਲੇਕਿਨ ਇਹ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਦਾ ਵਿਸ਼ਵਾਸਘਾਤ ਕਰ ਰਹੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਆਜ਼ਾਦੀ ਦੇ 75ਵੇਂ ਸਾਲ ਚ 2022 ਚ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰ ਦਾਂਗੇ ਦੁੱਗਣਾ ਤਾਂ ਕੀ ਕਰਨਾ ਸੀ 2020 ਚ ਕਾਲੇ ਕਾਨੂੰਨ ਜ਼ੋਰ ਤੇ ਜ਼ਬਰ ਦੇ ਨਾਲ ਲਾਗੂ ਕਰਕੇ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨ ਦੇ ਟਿੱਡ ਚ ਨੱਤ ਮਾਰਨ ਦਾ ਕੰਮ ਇਹ ਸਾਲਮਨ ਚ ਸ਼ਰੇਆਮ ਦੇਸ਼ ਤੇ ਦੁਨੀਆ ਦੇ ਸਾਹਮਣੇ ਹੋਇਆ ਸ਼ੁਕਰਾਨਾ ਕਰਦੀ ਹਾਂ ਗੁਰੂ ਸਾਹਿਬ ਦਾ ਕਿ ਤੁਹਾਡੀ 100 ਸਾਲ ਦੀ ਪੁਰਾਣੀ ਪਾਰਟੀ ਦਾ ਇਤਿਹਾਸ ਜੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਧ ਕਿਸੇ ਦਾ ਖੂਨ ਡੋਲਿਆ ਉਹ ਪੰਜਾਬੀਆਂ ਦਾ ਖੂਨ ਡੋਲਿਆ ਸੀਗਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਜਦ ਸਾਡੀਆਂ ਗੁਰਦੁਆਰਿਆਂ ਨੂੰ ਰਿਹਾ ਕਰਨ ਵਾਸਤੇ ਲੜਾਈ ਲੜੀ ਉਹ ਪੰਜਾਬ ਦੇ ਯੋਧਿਆਂ ਨੇ ਉਹ ਲੜਾਈ ਲੜ ਕੇ ਜਿੱਤ ਹਾਸਿਲ ਕੀਤੀ ਆਜ਼ਾਦੀ ਤੋਂ ਬਾਅਦ ਜਦ ਦੇਸ਼ ਦਾ ਢਿੱਡ ਭਰਨ ਦਾ ਕੰਮ ਕੀਤਾ ਇਹ ਪੰਜਾਬ ਦੇ ਕਿਸਾਨਾਂ ਨੇ ਉਹ ਕੰਮ ਪੂਰਾ ਕੀਤਾ ਜਦ ਦੇਸ਼ ਅੰਨ ਵਾਸਤੇ ਵਿਦੇਸ਼ਾਂ ਵਾਸਤੇ ਭੀਖ ਮੰਗਦਾ ਸੀਗਾ ਅੱਜ ਕਿੰਨੇ ਦੁੱਖ ਦੀ ਗੱਲ ਕਿ ਜਿਹੜੀ ਸਰਕਾਰ ਇੰਨੀ ਵੱਡੀ ਵੱਡੀ ਗੱਲਾਂ ਕਰਦੀ ਹੈ ਉਹ ਸਰਕਾਰ ਨੇ ਸਾਲ ਲਗਾਤਾ ਇੱਕ ਸਾਲ ਤੋਂ ਸਾਡੇ ਕਿਸਾਨ ਬਾਰਡਰ ਤੇ ਬੈਠੇ ਨੇ 700 ਤੋਂ ਨੇੜੇ ਸਾਡੇ ਭਰਾ ਸ਼ਹੀਦ ਹੋ ਗਏ ਨੇ ਲੇਕਿਨ ਇਹਨਾਂ ਦੇ ਕੰਮ ਤੇ ਜੋ ਤੱਕ ਨਹੀਂ ਕੀਤੀ ਅੱਜ ਤਾਈਂ ਕਿਸਾਨਾਂ ਦੀ ਗੱਲ ਨਹੀਂ ਪੁੱਛ ਰਹੇ ਸ਼ੁਕਰਾਨਾ ਕਰਦੀ ਹਾਂ ਗੁਰੂ ਸਾਹਿਬ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਮਾਨ ਹਮੇਸ਼ਾ 100 ਸਾਲਾਂ ਤੋਂ ਬਖਸ਼ਿਆ ਹੈ ਸਬਰ ਤੇ ਜ਼ੁਲਮ ਦਾ ਸਾਹਮਣਾ ਹਮੇਸ਼ਾ ਡਟ ਕੇ ਕੀਤਾ ਹੈਗਾ ਤੇ ਇਹ ਸਬਰ ਤੇ ਜ਼ੁਲਮ ਦਾ ਸਾਹਮਣਾ ਕਰਨ ਵਾਸਤੇ ਸਭ ਤੋਂ ਪਹਿਲੇ ਪਿਛਲੇ ਸਾਲ ਦੀ 17 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਦ੍ਰਿੜਤਾ ਦਿਖਾਈ ਲਗਾਤਾਰ ਇੱਕ ਸਾਲ ਇਸ ਲੜਾਈ ਨੂੰ ਆਪਣਾ ਲੜਦੇ ਰਹੇ ਤੇ ਅੱਜ ਵੀ ਮੈਂ ਕਹਿੰਦੀ ਹਾਂ ਅੱਜ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਇਸ ਜ਼ਬਰ ਦੇ ਖਿਲਾਫ ਆਵਾਜ਼ ਉਠਾਉਣ ਵਾਸਤੇ ਤੇ ਜਿਹੜੀ ਸਰਕਾਰ ਦੀ ਇਸ ਰਾਜਧਾਨੀ ਵਿੱਚ ਹਕੂਮਤ ਹੈ ਉਹ ਕਿੱਥੇ ਹੈ ਪਿਛਲੇ ਸਾਲ ਪਰ ਤੋਂ ਜਿਨ੍ਹਾਂ ਨੇ 100 ਖੱਤੀਆਂ ਸੀ ਸ਼ਬਦ ਚੱਕੀ ਸੀ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਵਾਸਤੇ ਉਹ ਸਰਕਾਰਾਂ ਤੇ ਉਹ ਪਾਰਟੀਆਂ ਕਿੱਥੇ ਨੇ ਤੇ ਕਿਹੜੀ ਪਾਰਟੀ ਇੱਥੇ ਪਹੁੰਚੀ ਹੈ ਇਹ ਤੁਸੀਂ ਸਾਰੇ ਯੋਧੇ ਇੱਥੇ ਪਹੁੰਚੇ ਹੋ ਕਿਉਂਕਿ ਹਮਦਰਦੀ ਤੇ ਵਫਾਦਾਰੀ ਸ਼੍ਰੋਮਣੀ ਅਕਾਲੀ ਦਲ ਦਿਖਾ ਸਕਦੇ ਹੋ ਸਰਕਾਰ ਨੂੰ ਮੈਂ ਦੱਸਣਾ ਚਾਹਾਂਗੀ ਆਹ ਦੇਖ ਲਓ ਆਹ ਕੱਠ ਤੁਹਾਡੇ ਜ਼ੋਰ ਤੇ ਜ਼ਬਰ ਦੇ ਬਾਵਜੂਦ ਸਾਰੇ ਤੁਹਾਡੇ ਜ਼ਬਰ ਦਾ ਸਾਹਮਣਾ ਕਰਦੇ ਹੋਏ ਆਹ ਸਾਡੇ ਯੋਧੇ ਇੱਥੇ ਪਹੁੰਚੇ ਨੇ ਜਿੱਥੇ ਮੈਂ ਆਪਣੇ ਨੌਜਵਾਨਾਂ ਦਾ ਸ਼ੁਕਰਾਨਾ ਕਰਦੀ ਹਾਂ ਜਿਸ ਤਰ੍ਹਾਂ ਦਾ ਜੋਸ਼ ਤੁਸੀਂ ਦਿਖਾਇਆ ਹੈ ਉੱਥੇ ਮੈਂ ਖਾਸ ਤੌਰ ਤੇ ਆਪਣੀ ਭੈਣਾਂ ਦਾ ਆਪਣੀ ਬੀਬੀਆਂ ਦਾ ਸ਼ੁਕਰਾਨਾ ਕਰਦੀ ਹਾਂ ਮੈਨੂੰ ਦੁੱਖ ਹੋਇਆ ਰਾਤ ਦੇ 2-2 ਵਜੇ ਤੱਕ ਕਿ ਮੈਂ ਸੜਕਾਂ ਤੇ ਬੋਰਡਰਾਂ ਤੇ ਰੋਕਦਾ ਮੇਰੀ ਭੈਣਾਂ ਉੱਥੇ ਸੜਕਾਂ ਤੇ ਬੈਠੀਆਂ ਸੀਗੀਆਂ ਲੇਕਿਨ ਡਟ ਕੇ ਅੱਜ ਸਤਿ ਸ੍ਰੀ ਅਕਾਲ ਇਹਨਾਂ ਚੀਜ਼ਾਂ ਦੇ ਚੁਣੌਤੀਆਂ ਦੇ ਬਾਵਜੂਦ ਡਟ ਕੇ ਜਿਹੜੀਆਂ ਭੈਣਾਂ ਪਹੁੰਚੀਆਂ ਨੇ ਮੈਂ ਉਹਨਾਂ ਦੇ ਚਰਨਾਂ 'ਚ ਆਪਣਾ ਸੀਸ ਸਮਰਪਣ ਕਰ ਦਿਆ ਆ ਹੈਗੀ ਅਕਾਲੀ ਦਲ ਦੀ ਸਪਿਰਿਟ ਆ ਹੈਗੀ ਅਕਾਲੀ ਦਲ ਦਾ ਜਜ਼ਬਾ ਤੇ ਮੈਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਇੱਕ
ਕਿਸਾਨ ਨਿਕਲ ਗਿਆ। ਜੇ ਤੁਸੀਂ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਸ ਨਹੀਂ ਕੀਤੇ, ਕਿਸਾਨਾਂ ਦੀ ਇਸ ਹੱਕ ਤੇ ਸਸਤੀ ਲੜਾਈ ਵਿੱਚ ਉਹਨਾਂ ਦੀ ਗੱਲ ਨਹੀਂ ਮੰਨੀ, ਤੇ ਫਿਰ ਇਹੋ ਦੀ ਸਰਕਾਰ ਦੀ ਉਲਟੀ ਗਿਣਤੀ ਤਾਂ ਪਿਛਲੇ ਸਾਲ ਸ਼ੁਰੂ ਹੋ ਗਈ ਸੀ। 2024 ਸਾਡੇ ਵਾਸਤੇ ਦੂਰ ਨਹੀਂ, ਨਾ ਪੰਜਾਬ ਤੇ ਤੁਸੀਂ ਹੱਥ ਪੈਰ ਰੱਖ ਸਕਦੇ ਹੋ, ਹਰਿਆਣੇ ਵਿੱਚ ਤੁਸੀਂ ਖੇਤੀ ਅਲਵਿਦਾ ਹੋ ਜਾਓਗੇ, ਤੇ ਉੱਤਰ ਪ੍ਰਦੇਸ਼ ਵੀ ਦੂਰ ਨਹੀਂ, ਤੇ ਉਹਦੇ ਬਾਅਦ ਤੁਸੀਂ ਇਸ ਕਾਲੇ ਮੰਡ ਚ ਵੀ ਇੱਕ ਵਾਰ ਫੇਰ ਉਹਨਾਂ ਦੋ ਮੈਂਬਰ ਆਫ ਪਾਰਲੀਮੈਂਟ ਦੀ ਪਾਰਟੀ ਬਣ ਜਾਓਗੇ। ਜਿਸ ਸਮੇਂ ਅਕਾਲੀ ਦਲ ਸਾਡਾ ਸਾਥ ਦਿੰਦਾ ਸੀ ਤਾਂ ਤੁਹਾਡੇ ਇਕੱਲੇ ਦੋ ਐਮਪੀ ਹੁੰਦੇ ਸੀਗੇ। ਇਸ ਸਰਕਾਰ ਨੂੰ ਆਪ ਹੀ ਕਹਿਣਾ ਚਾਹਾਂਗੀ, ਗੁਰੂ ਸਾਹਿਬ ਦੇ ਬਚਨ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੋ ਨਿਵਾਸ। ਸਾਡੇ ਡੁਬੋ ਜੋ ਬਟਲ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ, ਇਸ ਖਾਲਸਾ ਪੰਥ ਦੇ ਸੀਸ ਦੇ ਉੱਤੇ ਸਾਡੇ ਗੁਰੂ ਦਾ ਹੱਥ ਹੈਗਾ, ਗੁਰੂ ਸਾਡੇ ਵਿੱਚ ਵਸਦਾ ਹੈਗਾ। ਅੱਜ ਤੱਕ ਕੋਈ ਹਕੂਮਤ ਨਹੀਂ ਹੋਏ, ਕੋਈ ਇਹੋ ਜਿਹੀ ਤਾਕਤ ਨਹੀਂ ਹੋਏ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਹੀ ਖਾਲਸਾ ਪੰਥ ਨੂੰ ਕਦੇ ਨੀਵਾਂ ਦਿਖਾ ਸਕੇ। ਇਹਦੇ ਵਿੱਚ ਵੀ ਸ੍ਰੀ ਅਕਾਲ ਇੱਕ ਇੱਕ ਆਪਣਾ ਯੋਧਾ ਆਪਣੇ ਦੇਸ਼ ਦੇ ਕਿਸਾਨਾਂ ਦੇ ਹੱਕ ਵਾਸਤੇ ਜੀ ਜਾਨ ਲੜਾ ਕੇ ਲੜਾਈ ਲੜਦਾ ਰਹੂਗਾ। ਜਦੋਂ ਤੋਂ ਇਹ ਕਾਲੇ ਕਾਨੂੰਨ ਵਾਪਸ ਨਹੀਂ ਆਉਂਦੇ, ਵਾਪਸ ਨਹੀਂ ਆਉਂਦੇ, ਵਾਪਸ ਨਹੀਂ ਆਉਂਦੇ, ਲੜਾਈ ਜਾਰੀ ਹੈ, ਡਟੇ ਰਵਾਂਗੇ, ਡਟੇ ਰਵਾਂਗੇ। ਇੱਕ ਵਾਰੀ ਪਾਰਲੀਮੈਂਟ ਦੀ ਕੱਲਾ ਮਿਲਾਨ ਵਾਸਤੇ ਲੋਕ ਨਾਇਕ ਜਿੱਥੇ ਵੀ ਰਹਿੰਦੇ ਨੇ ਉੱਥੇ ਤਾਂ ਸੁਨੇਹਾ ਪਹੁੰਚਾਉਣ ਵਾਸਤੇ ਗੱਜ ਕੇ ਬੋਲੋ, ਕਾਲੇ ਕਾਨੂੰਨ, ਕਾਲੇ ਕਾਨੂੰਨ, ਕਾਲੇ ਕਾਨੂੰਨ, ਕਾਲੇ ਕਾਨੂੰਨ, ਵਾਪਸ ਕਰੋ, ਵਾਪਸ ਕਰੋ, ਵਾਪਸ ਕਰੋ, ਵਾਪਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।